ਸਭ ਹੂਪ ਫੈਮਲੀ ਕੀ ਹਾਲ ਚਾਲ ਤੁਹਾਡੇ। ਮੈਂ ਤੁਹਾਡਾ ਪੁਨੀਤ ਜੈਨ ਫਰੋਮ ਲੁਧਿਆਣਾ ਪੰਜਾਬ। ਅਤੇ ਆਪਣੀ ਕੱਲ੍ਹ ਯਾਰ ਗੱਲ ਹੋਈ ਸੀ ਕਿ ਆਪਣੀ ਨਿਊ ਬਾਈਕ ਆਈ ਹੈ ਅਤੇ ਨਵੀਂ ਬਾਈਕ ਆਈ ਹੋਵੇ ਅਤੇ ਉਹਦਾ ਹੈਲਮਟ ਨਾ ਮਿਲੇ ਅਤੇ ਇੱਧਰ ਕੋਈ ਗੱਲ ਤਾਂ ਬਣ ਹੀ ਨਹੀਂ। ਮੈਂ ਤੁਹਾਨੂੰ ਦਿਖਾਉਂਦਾ ਕਿ ਕੰਪਨੀ ਨੇ ਨਾ ਸਾਨੂੰ ਜਿਹੜਾ ਹੈਲਮਟ ਪ੍ਰੋਵਾਈਡ ਕੀਤਾ ਹੈਗਾ, ਹੈਲਮਟ ਦੀ ਕੁਆਲਿਟੀ ਤਾਂ ਬਹੁਤ ਵਧੀਆ। ਯੂਨੀਵਰਸਿਟੀ ਮੇਰੇ ਬਾਈਕ ਨਾਲ ਨਾ ਮੈਚਿੰਗ ਹੈਲਮਟ ਮਿਲੇ, ਲਾਈਕ ਨਾ ਹੈਲਮਟ ਪਾਏ ਪਤਾ ਲੱਗੇ ਕਿ ਬੰਦਾ ਰਾਈਡ ਤਾਂ ਵਧੀਆ ਬਾਈਕ ਕਰ ਹੀ ਰਿਹਾ, ਠੀਕ ਹੈ। ਅਤੇ ਹੈਲਮਟ ਚੱਕਰ ਬਾਬੂ ਭਾਈਆ। ਅਤੇ ਮੈਂ ਕਾਫੀ ਟਾਈਮ ਤੋਂ ਨਾ ਹੈਲਮਟ ਵਗੈਰਾ ਸਰਚ ਵਗੈਰਾ ਮਾਰ ਰਿਹਾ ਸੀ ਅਤੇ ਮੇਰੀ ਨਿਗਾਹ 'ਚ ਨਾ ਇੱਕ ਸਟੀਲ ਬਰਡ ਦਾ ਹੈਲਮਟ ਆਇਆ। ਰਿਵਿਊਜ਼ ਵਗੈਰਾ ਚੈੱਕ ਕੀਤੇ, ਰਿਵਿਊਜ਼ ਵਗੈਰਾ ਬਹੁਤ ਵਧੀਆ। ਅਤੇ ਉਹ ਅੱਜ ਹੈਲਮਟ ਆ ਚੁੱਕਾ ਅਤੇ ਪਹਿਲਾਂ ਤਾਂ ਮੈਨੂੰ ਡੱਬਾ ਦੇਖ ਕੇ ਤੁਹਾਡਾ ਡਰ ਜਿਹਾ ਲੱਗਿਆ, ਮੈਂ ਕਿਹਾ ਡੱਬਾ ਬਹੁਤ ਵੱਡਾ, ਇੰਨਾ ਕਿੰਨਾ ਵੱਡਾ ਹੈਲਮਟ ਹੈ, ਤੁਹਾਨੂੰ ਮੈਂ ਦਿਖਾਉਂਦਾ ਜੀ। ਤੁਹਾਡੇ ਨਾਲ ਕਰਾਂਗੇ ਇਹਦੀ ਅਨਬੋਕਸਿੰਗ। ਫੈਮਲੀ ਮੈਂ ਨਾ ਅਨਬੋਕਸਿੰਗ ਵਾਲਾ ਪਾਰਟ ਨਾ ਸਕਿੱਪ ਕਰਤਾ ਹੈ ਕਿਉਂਕਿ ਅਨਬੋਕਸਿੰਗ ਮੇਰੀ ਜਮਾ ਨਹੀਂ ਵਧੀਆ। ਮੈਨੂੰ ਆਪਾਂ ਤਾਂ ਤੋੜ ਫਾੜ ਕੀਤੀ ਜਲਦੀ ਜਲਦੀ ਆਪਣਾ ਨਿਕਲੇ। ਮੈਂ ਤੁਹਾਨੂੰ ਦਿਖਾਉਂਦਾ, ਉਹ ਤੁਸੀਂ ਕਹਾਵਤ ਸੁਣੀ ਹੋਣੀ ਹੈ, ਨਾਮ ਬੜੇ ਅਤੇ ਦਰਸ਼ਨ ਛੋਟੇ, ਸੇਮ ਉਦੀ ਗੱਲ ਹੋਈ ਹੈ। ਤੁਹਾਨੂੰ ਦਿਖਾਉਂਦਾ ਮੈਂ ਬੋਕਸ ਇੰਨਾ ਵੱਡਾ, ਅੰਦਰੋਂ ਦਰਸ਼ਨ ਦੇਖੋ ਕਿੰਨੇ ਮਿਲੇ ਆਪਣੇ ਨੂੰ, ਨਾਮ ਬੜੇ ਅਤੇ ਦਰਸ਼ਨ ਛੋਟੇ। ਚੱਲ ਮਿੱਤਰਾ ਹੋ ਫੈਮਲੀ, ਤੁਹਾਨੂੰ ਮੈਂ ਦਿਖਾਉਂਦਾ ਆਪਣਾ ਹੈਲਮਟ ਕਿੱਦਾਂ ਦਾ ਹੈਗਾ। ਹੈਲਮਟ ਬਹੁਤ ਜ਼ਿਆਦਾ ਪਿਆਰਾ ਹੈ, ਠੀਕ ਹੈ। ਮੇਰੇ ਬਾਈਕ ਨਾਲ ਬਿਲਕੁਲ ਮੈਚ ਕਰਦਾ ਕਿਉਂਕਿ ਮੇਰਾ ਬਾਈਕ ਹੈਗਾ ਬਲੈਕ ਸਟਿਲਥ ਬਲੈਕ ਅਤੇ ਉੱਪਰ ਨਾ ਰੈੱਡ ਰੈੱਡ ਦੀ ਨਾ ਸਟਿਪਸ ਹੀ ਹੈ, ਉਹ ਸਟਿਪ ਨਾ ਇਹ ਹੈਲਮਟ ਨਾਲ ਬਿਲਕੁਲ ਮੈਚ ਕਰਦੀ ਹੈ। ਤੁਹਾਨੂੰ ਮੈਂ ਦਿਖਾਉਂਦਾ ਹੋ ਫੈਮਲੀ, ਇਹ ਨਾ ਦੋ ਵਾਈਜ਼ਰ ਵਾਲੇ ਸੀ, ਮੈਂ ਨਾ ਸਮੋਕ ਵਾਈਜ਼ਰ ਮੰਗਵਾਇਆ ਅਤੇ ਉਹਦੇ ਨਾਲ ਨਾ ਇੱਕ ਟ੍ਰਾਂਸਪੋਰਟ ਵਾਈਜ਼ਰ ਸਾਨੂੰ ਫ੍ਰੀ ਮਿਲਿਆ। ਵਾਹ, ਆਹ ਹੈਗਾ ਆਪਣਾ ਹੈਲਮਟ। ਪ੍ਰੈਸ ਬਟਨ ਦਿੱਤਾ ਹੋਇਆ ਕਿ ਤਾਂ ਕਿ ਉਦੋਂ ਵਾਈਜ਼ਰ ਉੱਪਰ ਆ ਜਾਏ। ਦੇਖੋ ਇਹ ਮੈਂ ਆਪਣੇ ਫੇਸ ਦੇ ਅਕੋਰਡਿੰਗ ਐਲ ਸਾਈਜ਼ ਮੰਗਵਾਇਆ, ਠੀਕ ਹੈ। ਅਤੇ ਮੈਂ ਤੁਹਾਨੂੰ ਇਹ ਕਹੂੰਗਾ ਤੁਸੀਂ ਆਪਣੇ ਫੇਸ ਦੇ ਅਕੋਰਡਿੰਗ ਮੰਗਵਾਈਓ, ਕਿਉਂਕਿ ਅਗਰ ਫੇਸ ਦੇ ਅਕੋਰਡਿੰਗ ਖੁੱਲ੍ਹਾ ਜਾਂ ਛੋਟਾ ਰਹਿ ਗਿਆ ਤਾਂ ਤੁਹਾਨੂੰ ਬਹੁਤ ਪ੍ਰੋਬਲਮ ਆਊਗੀ, ਕਿਉਂਕਿ ਆਪਣਾ ਰਿਟਰਨ ਕਰਨ ਦਾ ਪ੍ਰੋਸੈਸ ਵੀ ਲੰਬਾ ਹੁੰਦਾ ਹੈ ਅਤੇ ਪਿੱਛੇ ਨਹੀਂ ਤਾਂ ਸਪੇਅਰ ਹੈਲਮਟ ਤੁਹਾਡੇ ਕੋਲ ਹੋਣਾ ਨਹੀਂ ਹੈ। ਪ੍ਰੈਸ ਕਰੋ, ਦੁਬਾਰਾ ਖੁੱਲ੍ਹ ਜਾਂਦਾ, ਸਟੀਲ ਬੋਡੀ ਦੀ ਇੱਦਾਂ ਮਾਰਕਿੰਗ ਹੈ, ਪ੍ਰੋਪਰ ਹੈਲਮਟ ਦੀ ਲੁੱਕ ਆ ਰਹੀ। ਇਹ ਸੇਮ ਮੇਰੇ ਰੈੱਡ ਸਟ੍ਰਿਪਸ ਨਾਲ ਮੈਚ ਕਰਦਾ ਸੀ, ਜਿਹੜੇ ਮੇਰੇ ਬਾਈਕ ਦੇ ਰੈੱਡ ਸਟ੍ਰਿਪਸ, ਠੀਕ ਹੈ। ਸਮੋਕ ਵਾਈਜ਼ਰ ਫੈਮਲੀ, ਇਹ ਹੈਲਮਟ ਇੱਦਾਂ ਲੱਗਦਾ ਸਾਈਡ ਵਿਊ ਤੋਂ ਦੇਖ ਲਓ, ਹੈਲਮਟ ਦੀ ਕੁਸ਼ਨਿੰਗ ਬਿਲਕੁਲ ਕੰਫਰਟੇਬਲ ਹੈ। ਕੀ ਲਿਆ ਕਿ ਮੈਨੂੰ ਇਹ ਨਹੀਂ ਹੈਗਾ ਕਿ ਮੇਰੇ ਕੰਨ ਵਗੈਰਾ ਵਿੱਚ ਆ ਰਿਹਾ ਕੁਛ ਆ ਰਿਹਾ, ਬਿਲਕੁਲ ਕੰਫਰਟੇਬਲ ਹੈ। ਮੇਰਾ ਐਲ ਸਾਈਜ਼ ਮੇਰਾ ਬਿਲਕੁਲ ਪਰਫੈਕਟ ਆਇਆ, ਮੇਰੇ ਪੈਸੇ ਲਗਾਏ ਬਰਬਾਦ ਨਹੀਂ ਹੋਏ। ਹੋ ਫੈਮਲੀ, ਅੱਜ ਨਾ ਸਵੇਰ ਤੋਂ ਬਾਰਿਸ਼ ਪੈ ਰਹੀ ਹੈ, ਬੁਰਾ ਹਾਲ ਹੈ। ਸਾਡੀ ਬਲੈਕ ਬਿਊਟੀ ਵੀ ਅੱਜ ਬਾਹਰ ਨਹੀਂ ਨਿਕਲੀ ਹੈ ਅਤੇ ਮੈਂ ਕੋਈ ਨਾ ਤੁਹਾਨੂੰ ਇਹਦੇ ਗਲਿੰਪਸ ਵਗੈਰਾ ਹੈਗੇ ਤੁਹਾਨੂੰ ਕੱਲ੍ਹ ਪ੍ਰੋਵਾਈਡ ਕਰੂੰਗਾ, ਜਿਹੜੇ ਆਪਾਂ ਬਾਈਕ ਦੇ ਉੱਪਰ ਆਪਾਂ ਬਾਈਕ ਦੇ ਨਾਲ ਮੈਚਿੰਗ ਕਰਕੇ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਕਿ ਹੈਲਮਟ ਲੱਗਦਾ ਕਿੱਦਾਂ। ਹੋਰ ਫੈਮਲੀ, ਮੈਂ ਨਾ ਕਾਫੀ ਵਾਰ ਸੁਣਿਆ ਸੀ ਕਿ ਇਹਦਾ ਵਾਈਜ਼ਰ ਨਾ ਪ੍ਰੋਪਰ ਵਰਕ ਨਹੀਂ ਕਰ ਰਿਹਾ, ਪਰ ਮੇਰਾ ਵਾਈਜ਼ਰ ਤਾਂ ਹਜੇ ਵਰਕ ਕਰ ਰਿਹਾ। ਬਾਕੀ ਇਹਦਾ ਜਿਹੜਾ ਗਲਿੰਪਸ ਹੈਗੇ ਆ ਕਿ ਮੇਰੇ ਬਾਈਕ 'ਤੇ ਕਿੱਦਾਂ ਲੱਗੂਗਾ ਤੁਹਾਨੂੰ ਮੈਂ ਕੱਲ੍ਹ ਪ੍ਰੋਵਾਈਡ ਕਰੂੰਗਾ। ਕੱਲ੍ਹ ਆਪਾਂ ਰਾਈਡ 'ਤੇ ਜਾਵਾਂਗੇ ਅਤੇ ਹੈਲਮਟ ਪਾ ਕੇ ਜਾਵਾਂਗੇ ਅਤੇ ਲੁੱਕ ਦਾ ਲੁੱਕ ਸੋਹਣੇ ਤੋਂ ਸੁਰੱਖਾ ਹੋ ਜਾਣਾ। ਬਾਕੀ ਇਹ ਵਾਈਜ਼ਰ ਦੇਖੋ ਨਾ, ਮੇਰਾ ਪ੍ਰੋਪਰ ਵਰਕ ਕਰ ਰਿਹਾ, ਇਹ ਕਰਨਾ ਬੰਦ ਹੋ ਰਿਹਾ ਓਪਨ ਹੋ ਰਿਹਾ, ਇਹ ਕਰਨਾ ਬੰਦ ਹੋ ਰਿਹਾ ਓਪਨ ਹੋ ਰਿਹਾ, ਠੀਕ ਹੈ। ਅਤੇ ਬਾਕੀ ਜਿਹੜਾ ਇਹਦਾ ਪ੍ਰੋਪਰ ਫੀਡਬੈਕ ਦੇਵਾਂਗਾ ਤੁਹਾਨੂੰ, 1 ਵੀਕ ਬਾਅਦ ਦੁਬਾਰਾ ਵੀਡੀਓ ਬਣਾਵਾਂਗੇ ਕਿ ਮੇਰੇ ਲਈ ਕਿੱਦਾਂ ਵਰਕ ਕਰ ਰਿਹਾ। ਕਿ ਬਾਕੀ ਇਹਦੀ ਵੈਂਟੀਲੇਸ਼ਨ ਪ੍ਰੋਪਰ ਸੀ, ਠੀਕ ਹੈ, ਬਜਟ 'ਚ ਵੀ ਹੈਗਾ। ਇਹ ਮੈਨੂੰ 1840 ਰੁਪਏ ਦਾ ਪਿਆ, ਮੈਂ ਤੁਹਾਨੂੰ ਐਮਾਜ਼ੋਨ ਦਾ ਲਿੰਕ ਪ੍ਰੋਵਾਈਡ ਕਰ ਦੂੰਗਾ ਡਿਸਕ੍ਰਿਪਸ਼ਨ 'ਚ, ਠੀਕ ਹੈ। ਅਤੇ ਬਾਕੀ ਇਹਦੇ ਰਿਵਿਊਜ਼ ਵਗੈਰਾ ਵੀ ਵਧੀਆ, ਸਟੀਲ ਬਟ ਦਾ ਹੈਲਮਟ ਹੈਗਾ। ਬਾਕੀ ਮੈਨੂੰ ਤਾਂ ਓਕੇ ਲੱਗਿਆ ਹੈਲਮਟ, ਅਗਰ ਕੁਸ਼ਨਿੰਗ ਵਧੀਆ, ਕੁਸ਼ਨਿੰਗ ਪ੍ਰੋਪਰ ਵਧੀਆ ਇਹਦੀ, ਕੰਫਰਟੇਬਲ ਹੈਗੀ ਕੁਸ਼ਨਿੰਗ, ਅਤੇ ਹੈਲਮਟ ਪੈ ਵੀ ਜਾਂਦਾ ਨਿਕਲ ਵੀ ਜਾਂਦਾ,